ਸ਼ਸ਼ਿਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ YouTube ਚੈਨਲ ਦੇ ਉੱਤੇ BA ਸਮੈਸਟਰ 2 ਪੰਜਾਬੀ ਇਲੈਕਟਿਵ ਦੇ ਅਲੰਕਾਰ ਆਪਾਂ ਕਰ ਰਹੇ ਸੀ ਤੋਂ ਅਲੰਕਾਰ ਦਾ ਪਾਰਟ 2 ਹੈ 6 ਨੰਬਰ ਅਲੰਕਾਰ ਹੈ ਯਮਕ ਯਮਕ ਜਿਹੜਾ ਹੈ ਯਮਕ ਦਾ ਮਤਲਬ ਹੈ ਕਿ ਬਾਰ-ਬਾਰ ਦੋਹਰਾਇਆ ਜਾਣਾ ਜਦੋਂ ਕੋਈ ਲਾਈਨ ਦੇ ਵਿੱਚ ਤੁਕ ਦੇ ਵਿੱਚ ਵਾਕ ਦੇ ਵਿੱਚ ਇੱਕੋ ਸ਼ਬਦ ਦਾ ਵੱਖ-ਵੱਖ ਅਰਥ ਹੋਵੇ ਹੁਣ ਦੇਖੋ ਜੇਕਰ ਸੰਗ ਰਖੀ ਨਹੀਂ ਸੰਗ ਮਿਲਸਾ ਸੰਗ ਵਾਲੜੇ ਸੰਗ ਗਵਾਵੇਲੀ ਤਾਂ ਸੰਗ ਵਰਡ ਯੂਜ਼ ਕੀਤਾ ਹੈ ਸੰਗ ਦਾ ਅਰਥ ਨਾਲ ਵੀ ਹੁੰਦਾ ਹੈ ਸ਼ਰਮ ਵੀ ਅਰਥ ਹੁੰਦਾ ਕਿ ਮੈਂ ਸੰਗ ਆਉਂਦੀ ਆ ਨਾ ਸੰਗ ਦਾ ਅਰਥ ਸਾਥ ਵੀ ਹੁੰਦਾ ਤੇ ਸੰਗਤ ਵੀ ਹੁੰਦਾ ਤਾਂ ਇੱਥੇ ਜਿਹੜਾ ਹੈ ਸੰਗ ਵਰਡ ਦੇ ਚਾਰੋਂ ਪੱਜੋ ਜਿਹੜੇ ਨੇ ਵਰਡਸ ਦੇ ਜਿਹੜੇ ਹੈਗੇ ਅਰਥ ਯੂਜ਼ ਕੀਤੇ ਗਏ ਨੇ ਫਾਈਨ ਤਾਂ ਇਸ ਨੂੰ ਆਪਾਂ ਕੀ ਕਵਾਂਗੇ ਯਮਕ ਅਲੰਕਾਰ ਸਭ ਸੰਗ ਸ਼ਬਦ ਦੇ ਅਲੱਗ-ਅਲੱਗ ਅਰਥ ਦੱਸੇ ਗਏ ਨੇ ਇਸ ਨੂੰ ਸੀ ਯਮਕ ਅਲੰਕਾਰ ਕਹਿੰਦੇ ਹਾਂ ਸ਼ਲੇਸ਼ ਸ਼ਲੇਸ਼ ਹੁੰਦਾ ਬਿਨਾਂ ਕਿਸੇ ਕਿਸੇ ਖਿੱਚ ਤਾਣ ਦੇ ਇੱਕ ਸ਼ਬਦ ਤੋਂ ਦੋ ਅਰਥ ਪ੍ਰਗਟ ਹੋਣ ਸੋਚੇ ਸੋਚਣਾ ਹੋ ਵੀ ਜੇ ਸੋਚੀ ਲਖਵਾਰ ਤਾਂ ਸੋਚੇ ਸੋਚ ਸੋਚੀ ਇਸ ਦੇ ਦੋ ਦੋ ਅਰਥ ਨੇ ਤਾਂ ਸੋਚੇ ਦਾ ਹੁੰਦਾ ਹੁੰਦਾ ਸ਼ੌਚ ਕਰਨਾ ਇਸ਼ਨਾਨ ਕਰਨਾ ਸੋਚ ਦਾ ਮਤਲਬ ਅੰਦਰ ਦੀ ਪਵਿੱਤਰਤਾ ਪਰਮਾਤਮਾ ਠੀਕ ਹੈ ਜਦੋਂ ਸਾਨੂੰ ਮਿਲਦਾ ਉਦੋਂ ਸੋਚ ਸੋਚੇ ਸੋਚਦਾ ਰਹਾ ਠੀਕ ਹੈ ਕੋਈ ਵੀ ਚੀਜ਼ ਸੋਚਣੀ ਹੈਗੀ ਤਾਂ ਉਸ ਨੂੰ ਕਹਿੰਦੇ ਨੇ ਤਾਂ ਦੋ ਦੋ ਅਰਥ ਹਰੇਕ ਦੇ ਵਰਡ ਦੇ ਨਿਕਲਦੇ ਨੇ ਜਿਵੇਂ ਹੁਣ ਸੋਚ ਦਾ ਮਤਲਬ ਵੀ ਸ਼ੌਟਸ ਕਰਨਾ ਇਸ਼ਨਾਨ ਕਰਨਾ ਦੋਨੋਂ ਸੋਚਦਾ ਹੈ ਸੋ ਐਦਾਂ ਜਿਹੜਾ ਹੈਗਾ ਵਰਡ ਯੂਸ ਕੀਤਾ ਗਿਆ ਸੋਚੇ ਸੋਚ ਸੋਚੀ ਫਾਈਨ ਤਾਂ ਇਹ ਇਸ ਨੂੰ ਆਪਾਂ ਕਿਹੜਾ ਅਲੰਕਾਰ ਕਵਾਂਗੇ ਇਸ ਨੂੰ ਅਸੀਂ ਸ਼ਲੇਸ਼ ਅਲੰਕਾਰ ਕਵਾਂਗੇ ਉਸ ਤੋਂ ਬਾਅਦ ਚ ਪ੍ਰੋਡਕਤੀ ਪ੍ਰੋਡਕਤੀ ਅਲੰਕਾਰ ਕੀ ਹੁੰਦਾ ਇਸ ਅਲੰਕਾਰ ਵਿੱਚ ਮਤਲਬ ਉਸ ਗੱਲ ਦਾ ਰੀਜ਼ਨ ਉਹ ਨਾ ਹੋਵੇ ਲੇਕਿਨ ਉਸ ਨੂੰ ਮੰਨ ਲਿਆ ਜਾਵੇ ਠੀਕ ਹੈ ਹੁਣ ਕੋਇਲ ਕਾਲੀ ਹੁੰਦੀ ਹੈ ਲੇਕਿਨ ਆਪਾਂ ਕਹਿੰਦੇ ਕੋਇਲ ਤਾਂ ਕਾਲੀ ਹੈ ਕਿਉਂਕਿ ਜਾਂ ਤਾਂ ਇਹ ਤੋਂ ਉੱਪਰ ਚ ਸੜ ਗਈ ਹੈ ਤਾਂ ਕਾਲੀ ਹੋ ਗਈ ਜਾਂ ਫਿਰ ਜਿਹੜਾ ਹੈ ਇਹ ਬਿਰਹਾ ਚ ਮਰ ਰਹੀ ਹੈ ਹਨਾ ਤਾਂ ਇਹ ਲਾਈਨ ਜਿਹੜੀਆਂ ਮੈਂ ਤੁਹਾਨੂੰ ਪੜ ਕੇ ਦੱਸਦੀਆਂ ਕਾਲੀ ਕੋਇਲ ਤੂੰ ਕਿਤ ਗੁਨ ਕਾਲੀ ਆਪਣੇ ਪ੍ਰੀਤਮ ਕੇ ਹੋ ਬਿਰਹੇ ਜਾਨੀ ਤਾਂ ਕਹਿੰਦੇ ਵੀ ਕਾਲੀ ਕੋਇਲ ਤੂੰ ਤਾਂ ਕਰਕੇ ਕਾਲੀ ਹੈ ਤੇਰਾ ਕਾਲਾ ਰੰਗ ਤਾਂ ਹੋ ਗਿਆ ਕਿਉਂਕਿ ਤੂੰ ਪ੍ਰੀਤਮ ਦੇ ਪਿਆਰ ਦੇ ਵਿੱਚ ਬਿਰਹਾ ਦੇ ਵਿੱਚ ਜਲ ਜਲ ਕੇ ਕਾਲੀ ਹੋ ਗਈਆਂ ਲੇਕਿਨ ਆਪਾਂ ਨੂੰ ਤਾਂ ਇਹ ਪਤਾ ਕਿ ਕੋਇਲ ਦਾ ਤਰੰਗ ਕਾਲਾ ਹੁੰਦਾ ਲੇਕਿਨ ਇਹਨਾਂ ਨਾਲ ਇਹ ਚ ਸ਼ੋ ਕੀਤਾ ਗਿਆ ਕਿ ਬਈ ਤੂੰ ਤਾਂ ਕਾਲੀ ਹੈਗੀਂ ਕਿਉਂਕਿ ਤੈਨੂੰ ਤੇਰਾ ਪਿਆਰਾ ਪ੍ਰੀਤਮ ਛੱਡ ਗਿਆ ਸੋ ਪ੍ਰੋਡੋਕਤੀ ਦਾ ਮਤਲਬ ਇਹੀ ਹੁੰਦਾ ਹੈਗਾ ਕਿ ਜਦੋਂ ਰੀਜ਼ਨ ਕੋਈ ਹੋਰ ਹੋਵੇ ਪਰ ਰੀਜ਼ਨ ਜਿਹੜਾ ਉਸ ਨੂੰ ਨਾ ਬਣ ਕੇ ਕੋਈ ਹੋਰ ਰੀਜ਼ਨ ਨੂੰ ਮੰਨ ਲਿਆ ਜਾਵੇ ਤੁਹਾਨੂੰ ਪ੍ਰੋਡੋਕਤੀ ਅਲੰਕਾਰ ਕਿਹਾ ਜਾਂਦਾ ਸੋ ਏਸੀ ਅੱਜ ਦਾ ਵੀਡੀਓ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ ਸਧਾਰਣੀ ਕਰਨ ਦਾ ਵੀਡੀਓ ਲੈ ਕੇ ਆਉਣੀ ਆ ਮੈਂ ਵੀਡੀਓ ਨੂੰ ਦਬਕੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸੋ